ਕਿਵੇਂ ਕੁੱਜੇ ਲਮਕਾ ਦਿੱਤੇ ਜਾਂਦੇ ਸੀ ਤੇ ਧਰਤੀ ਦੇ ਥੁੱਕਣ ਦੀ ਵੀ ਮਨਾਈ ਸੀ ਕੁੱਜੇ ਥੁੱਕਣਾ ਹੈ ਕਿਵੇਂ ਸੂਦਰਾਂ ਦੇ ਮਗਰ ਝਾੜੂ ਬਣ ਦਿੱਤੇ ਜਾਂਦੇ ਸੀ ਕਿ ਤੁਹਾਡੀ ਪੈਣ ਆ ਜਿਹੜੀ ਉਹ ਬੰਬ ਮਿਲ ਗਿਆ ਜੀ ਉਹਦੇ ਨਾਰੇ ਲਿਖੇ ਮਿਲ ਗਏ ਜੀ ਉਹਦੇ ਖਾਲਸਤਾਨ ਨਾਲ ਜੁੜਿਆ ਹੋਇਆ ਸਾਹਿਤ ਮਿਲ ਗਿਆ ਜੀ ਇਹ ਮਾਹੌਲ ਕਿਉਂ ਖਰਾਬ ਕੀਤਾ ਜਾ ਰਿਹਾ ਪੰਜਾਬ ਦਾ ਇਹ ਵੀ ਸਾਨੂੰ ਬੜੇ ਚਕੰਨੇ ਰਹਿਣ ਚੱਕ ਲਾਂਗੇ ਇੱਕ ਦੂਜੇ ਦੇ ਖਿਲਾਫ ਅਸੀਂ ਖੜੇ ਹੋ ਜਾਾਂਗੇ ਇੱਕ ਦੂਜੇ ਨੂੰ ਖਿਲਾਫ ਅਸੀਂ ਮਰਨ ਮਾਰਨ ਤੇ ਆ ਜਾਾਂਗੇ ਦਲਤ ਮੁੱਖ ਮੰਤਰੀ ਦਲਤ ਚਿਹਰਾ ਦਲਤ ਚਿਹਰਾ ਦਲਤ ਚਿਹਰਾ ਉਹਦੀ ਇਹੀ ਪਹਿਚਾਨ ਆ ਵੀ ਉਹ ਦਲਤ ਹੈ ਇਹ ਤੋਂ ਇਲਾਵਾ ਚੰਨੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਤਿੰਨ ਬੜੀਆਂ ਜ਼ਰੂਰੀ ਗੱਲਾਂ ਨੇ ਜਿਹੜੀਆਂ ਮੈਂ ਆਪਣੇ ਪੰਜਾਬੀ ਭਰਾਵਾਂ ਨਾਲ ਕਰਨੀਆਂ ਚਾਹੁੰਦਾ ਸਮੁੱਚੇ ਪੰਜਾਬ ਨਾਲ ਕਰਨਾ ਚਾਹੁੰਦਾ ਪਹਿਲੀ ਗੱਲ ਤਾਂ ਇਹ ਹੈ ਕਿ ਕੱਲ ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਲਾਇਆ ਗਿਆ ਉਸ ਤੋਂ ਬਾਅਦ ਇੱਕ ਬੜੇ ਵੱਡੇ ਪੱਧਰ ਤੇ ਰੌਲਾ ਪਿਆ ਚਾਹੇ ਉਹ ਮੀਡੀਆ 'ਚ ਪਿਆ ਚਾਹੇ ਉਹ ਸਿਆਸਤਦਾਨਾਂ ਵੱਲੋਂ ਕਿਹਾ ਗਿਆ ਚਾਹੇ ਆਮ ਲੋਕਾਂ ਵੱਲੋਂ ਕਿਹਾ ਗਿਆ ਕਿ ਇੱਕ ਦਲਿਤ ਚਿਹਰਾ ਮੁੱਖ ਮੰਤਰੀ ਬਣਾ ਦਿੱਤਾ ਗਿਆ ਇੱਕ ਦਲਿਤ ਨੂੰ ਸੀਐਮ ਬਣਾ ਦਿੱਤਾ ਗਿਆ ਤਾਂ ਮੈਂ ਭਰਾਵੋ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਜਾਤਾਂ ਪਾਤਾਂ ਦੀ ਖੇਡ ਹੈ ਜਿਹਦੇ ਵਿੱਚ ਸਾਨੂੰ ਲਗਾਤਾਰ ਵੰਡਿਆ ਗਿਆ ਉਸ ਮਨੁਵਾਦ ਨੇ ਉਸ ਮਨੁ ਸਿਮਰਤੀ ਨੇ ਉਹਨਾਂ ਲੋਕਾਂ ਨੇ ਸਾਨੂੰ ਜਾਤਾਂ ਪਾਤਾਂ ਤੇ ਵੰਡਿਆ ਕਦੇ ਮੈਂ ਤੁਹਾਨੂੰ ਥੋੜਾ ਜਿਹਾ ਪਛਾਣ ਲੈ ਜਾਂਦਾ ਕਿ ਕਦੇ ਇਸ ਮੁਲਕ ਦੇ ਹਾਲਾਤ ਇਹ ਵੀ ਰਹੇ ਨੇ ਆਪਾਂ ਸਾਰੇ ਜਾਣਦੇ ਹਾਂ ਕਿ ਉਹ ਮਨੁ ਸਿਮਰਤੀ ਦੇ ਹਿਸਾਬ ਨਾਲ ਕਿਵੇਂ ਚਾਰ ਵਰਨਾਂ ਦੇ ਵਿੱਚ ਵੰਡ ਹੋਈ ਸਭ ਤੋਂ ਮਾੜਾ ਮੰਨਿਆ ਗਿਆ ਇੱਥੇ ਸ਼ੂਦਰ ਨੂੰ ਤੇ ਸ਼ੂਦਰਾਂ ਦੇ ਗਲਾਂ ਦੇ ਵਿੱਚ ਆਪਾਂ ਦੇਖਿਆ ਕਿਵੇਂ ਕੁੱਜੇ ਲਮਕਾ ਦਿੱਤੇ ਜਾਂਦੇ ਸੀ ਕਿ ਧਰਤੀ ਦੇ ਥੁੱਕਣ ਦੀ ਵੀ ਮਨਾਈ ਸੀ ਕੁੱਜੇ ਥੁੱਕਣਾ ਕਿਵੇਂ ਸੂਦਰਾਂ ਦੇ ਮਗਰ ਝਾੜੂ ਬੰਨ ਦਿੱਤੇ ਜਾਂਦੇ ਸੀ ਕਿ ਤੁਹਾਡੀ ਪੈਣ ਆ ਜਿਹੜੀ ਉਹ ਜ਼ਮੀਨ ਤੇ ਨਹੀਂ ਪੈਣੀ ਚਾਹੀਦੀ ਕਿਵੇਂ ਸ਼ੂਦਰਾਂ ਦੇ ਮੂੰਹ ਦੇ ਵਿੱਚ ਇੱਕ ਸੀਟੀ ਦਿੱਤੀ ਹੁੰਦੀ ਸੀ ਕਿ ਜੇ ਤੁਸੀਂ ਘਰੋਂ ਨਿਕਲਣਾ ਤਾਂ ਪਹਿਲਾਂ ਵਿਸਲ ਵਜਾਓ ਸਾਡੇ ਮੱਥੇ ਨਾ ਲੱਗੋ ਆਮ ਇਹ ਕਹਾਵਤ ਹੈ ਕਿ 12 ਵਜੇ ਨਿਕਲਦੇ ਆ ਇਹ ਕਿੱਥੋਂ ਆਈ ਕਹਾਵਤ ਆ ਕਿਉਂਕਿ ਸੂਦਰਾਂ ਨਾਲ ਹਾਲਾਤ ਰਹੇ ਨੇ ਕਿ ਤੁਸੀਂ 12 ਵਜੇ ਘਰੋਂ ਨਿਕਲੋ ਤੇ 3 ਵਜੇ ਵਾਪਸ ਆ ਜਾਓ ਤੁਹਾਡਾ ਪਰਛਾਵਾਂ ਸਾਡੇ ਤੇ ਨਹੀਂ ਪੈਣਾ ਚਾਹੀਦਾ ਕਿਉਂਕਿ ਸਿਖਰ ਦੁਪਹਿਰੇ ਪਰਛਾਵਾਂ ਸਿੱਧਾ ਹੁੰਦਾ ਲੰਮਾ ਨਹੀਂ ਪੈਂਦਾ ਹੁੰਦਾ ਪਰਛਾਵਾਂ ਇਹ ਹਾਲਾਤ ਇਸ ਮੁਲਕ ਦੇ ਵਿੱਚ ਇਹਨਾਂ ਮਨੁਵਾਦੀਆਂ ਨੇ ਸੂਦਰਾਂ ਦੇ ਨਾਲ ਕੀਤੇ ਨੇ ਤੇ ਅੱਜ ਫੇਰ ਸਾਨੂੰ ਦੁਬਾਰਾ ਉਸੇ ਗੇੜ ਦੇ ਵਿੱਚ ਉਲਝਾਇਆ ਜਾ ਰਿਹਾ ਉਸੇ ਜਾਤ ਪਾਤ ਦੇ ਵਿੱਚ ਉਲਝਾਇਆ ਜਾ ਰਿਹਾ ਦੇਖੋ ਜੀ ਇੱਕ ਦਲਿਤ ਮੁੱਖ ਮੰਤਰੀ ਬਣ ਗਿਆ ਯਾਰ ਤੁਸੀਂ ਉਹ ਬੰਦਾ ਕਿੰਨਾ ਪੜ੍ਹਿਆ ਲਿਖਿਆ ਉਹ ਬੰਦਾ ਕਿੰਨੇ ਵਾਰੀ MLA ਰਿਹਾ ਉਹਦੇ ਮੰਤਰੀ ਦਾ ਕਾਰਜਕਾਲ ਕੀ ਹੈ ਇਹ ਦੱਸਣ ਦੀ ਬਜਾਏ ਹਰ ਬੰਦੇ ਦਾ ਜ਼ੋਰ ਇਸ ਗੱਲ ਤੇ ਲੱਗਿਆ ਹੋਵੇ ਦਲਿਤ ਮੁੱਖ ਮੰਤਰੀ ਬਣ ਗਿਆ ਦਲਿਤ ਮੁੱਖ ਮੰਤਰੀ ਬਣ ਗਿਆ ਦਲਿਤਾਂ ਦੀਆਂ ਇੰਨੀਆਂ ਵੋਟਾਂ ਨੇ ਸਿੱਖਾਂ ਦੀਆਂ ਇੰਨੀਆਂ ਵੋਟਾਂ ਨੇ ਹਿੰਦੂਆਂ ਦੀਆਂ ਇੰਨੀਆਂ ਵੋਟਾਂ ਨੇ ਸਿੱਖ ਚਿਹਰਾ ਹੋਣਾ ਚਾਹੀਦਾ ਹਿੰਦੂ ਚਿਹਰਾ ਹੋਣਾ ਚਾਹੀਦਾ ਦਲਿਤ ਚਿਹਰਾ ਹੋਣਾ ਚਾਹੀਦਾ ਵਿੱਚ ਬੋਲ ਰਹੇ ਆ ਹੁਣ ਦੇਖੋ ਜੀ ਦਲਿਤਾਂ ਦੇ ਹਾਲਾਤ ਸੁਧਰ ਜਾਣੇ ਆ ਉਹ ਪਹਿਲਾਂ ਕਿਹੜਾ ਦਲਿਤਾਂ ਦੇ ਕੋਈ ਮੰਤਰੀ ਨਹੀਂ ਰਹੇ ਇਸ ਮੁਲਕ ਦਾ ਰਾਸ਼ਟਰਪਤੀ ਇੱਕ ਦਲਿਤ ਹੈ ਇੱਕ ਪਛੜੇ ਵਰਗ ਚੋਂ ਹੈ ਹਾਲਾਤ ਸੁਧਰ ਗਏ ਬਹੁਤੇ ਸੂਬਿਆਂ 'ਚ ਹਲੇ ਵੀ ਦਲਿਤਾਂ ਨੂੰ ਘੁੜੀ ਨਹੀਂ ਚੜ੍ਹਨ ਦਿੱਤਾ ਜਾਂਦਾ ਵਿਆਹ ਵੇਲੇ ਬਰਾਬਰ ਨਹੀਂ ਤੁਸੀਂ ਬਹਿ ਸਕਦੇ ਉਸ ਜਾਤੀ ਦੇ ਲੋਕਾਂ ਦੇ ਬਹੁਤ ਸੂਬਿਆਂ 'ਚ ਤੁਸੀਂ ਮੁੱਛਾਂ ਰੱਖ ਲਈਆਂ ਤੁਹਾਡੀਆਂ ਮੁੱਛਾਂ ਪੜ੍ਹ ਦਿੱਤੇ ਨੇ ਤੁਹਾਨੂੰ ਅਧਿਕਾਰ ਨਹੀਂ ਹੈਗਾ ਹਾਲਾਤ ਸੁਧਰ ਗਏ ਜਿਹੜੀ ਜਾਤ ਪਾਤ ਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਖਤਮ ਕੀਤਾ ਸਾਡਾ ਭਾਈਚਾਰਾ ਕਾਇਮ ਕੀਤਾ ਸਾਨੂੰ ਗਲ ਨਾਲ ਲਾਇਆ ਉਹੀ ਚੀਜ਼ ਨੂੰ ਦੁਬਾਰਾ ਫਿਰ ਉਭਾਰਿਆ ਜਾ ਰਿਹਾ ਇਹੀ ਪੱਤਾ ਕਾਂਗਰਸ ਵੀ ਖੇਡਦੀ ਰਹੀ ਬੀਜੇਪੀ ਨੇ ਤਾਂ ਬਹੁਤ ਜ਼ੋਰ ਨਾਲ ਖੇਡਿਆ ਪੱਤਾ ਪੂਰੇ ਮੁਲਕ ਦੇ ਵਿੱਚ ਪੰਜਾਬ ਦੇ ਵਿੱਚ ਵੀ ਖੇਡਿਆ ਬਾਦਲ ਵਾਲੇ ਕਹਿੰਦੇ ਅਸੀਂ ਦਲਿਤਾਂ ਦਾ ਉਪ ਮੁੱਖ ਮੰਤਰੀ ਲਾ ਦੇਵਾਂਗੇ ਬੀਜੇਪੀ ਕਹਿੰਦੀ ਅਸੀਂ ਮੁੱਖ ਮੰਤਰੀ ਲਾ ਦੇਵਾਂਗੇ ਸੋ ਇਹ ਕਹਾਣੀ ਨੂੰ ਸਮਝਣ ਦੀ ਲੋੜ ਹੈ ਕਿ ਹਾਲਾਤ ਇੱਥੇ ਜਿਹੜੇ ਪਿਛੜੇ ਵਰਗ ਦੇ ਲੋਕ ਨੇ ਦਲਿਤ ਲੋਕ ਨੇ ਉਹਨਾਂ ਦੇ ਹਾਲਾਤ ਕੋਈ ਸੁਧਰਨ ਵਾਲੇ ਨਹੀਂ ਆ ਹਾਂ ਤੁਹਾਡੇ 'ਚ ਦੂਰੀਆਂ ਜ਼ਰੂਰ ਪੈਦਾ ਕਰ ਦਿੱਤੀਆਂ ਜਾਣਗੀਆਂ ਤੁਹਾਡੇ 'ਚ ਬਖਰੇਵੇਂ ਪੈਦਾ ਕਰ ਦਿੱਤੇ ਜਾਣਗੇ ਤੁਹਾਨੂੰ ਭਾਈਚਾਰੇ ਨੂੰ ਤੋੜ ਦਿੱਤਾ ਜਾਊਗਾ ਪੰਜਾਬ ਦੇ ਵਿੱਚ ਇੱਕੜ ਦੁੱਕੜ ਘਟਨਾਵਾਂ ਨੂੰ ਛੱਡ ਕੇ ਕੋਈ ਬਹੁਤੀ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਨਹੀਂ ਹੈਗੇ ਕਿ ਜਿਹੜੇ ਕੋਈ ਇੱਥੇ ਚਾਹੇ ਜਿੰਨੇ ਭਾਈਚਾਰਿਆਂ ਦੇ ਲੋਕ ਰਹਿੰਦੇ ਨੇ ਉਹਨਾਂ 'ਚ ਕੋਈ ਬਹੁਤ ਵੱਡੇ ਬਖਰੇਵੇਂ ਹੋਣ ਉਹ ਇੱਕ ਦੂਜੇ ਨੂੰ ਨਫ਼ਰਤ ਕਰਦੇ ਹੋਣ ਉਹ ਇੱਕ ਦੂਜੇ ਨੂੰ ਮਰਨ ਮਾਰਨ ਤੇ ਹੋਣ ਇਸ ਤਰ੍ਹਾਂ ਦੇ ਹਾਲਾਤ ਨਹੀਂ ਆ ਪੰਜਾਬ 'ਚ ਪਰ ਇਹ ਲਗਾਤਾਰ ਲਿਆਂਦੇ ਜਾ ਰਹੇ ਨੇ ਤੇ ਇਹਦਾ ਨਤੀਜਾ ਪਤਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਰੂਪ 'ਚ ਨਿਕਲਣਾ ਕਿ ਅਸੀਂ ਇੱਕ ਦੂਜੇ ਦੇ ਖਿਲਾਫ਼
हथियार चक लांगे एक दूजे के खिलाफ असी खड़े हो जांगे एक दूजे नूं खिलाफ असी मरन मारन ते आ जांगे। सो भरावो इस चाल नूं समझो इस साजिश नूं समझो कि किस तरीके नाल सानूं जातां दे विच वंडिया जा रहा है। साडे तां गुरुआं ने कहा कि मानस की जात सवे एक ही पहचान बो जिथे असी मनुख हां सारे एक हैं असी क्यों इह गल्लां च पए हां साढ़े क्यों इन्हां गल्लां दा धौण च कल्ला है भी असी उच्च जाति दे असी फलाने असी फलाने इस करके यह धौण चो किला कढ के आपस में रल के रहो ते जिहड़ियां चालां साढ़े खिलाफ चलियां जा रही है क्योंकि इन्होंने चालां नाल साढ़े ते राज करना है पहला भी करते आए इथों सदियां पहला इस मुल्क दे विच इथों दी रजवाड़ा शाही ने सानू जातां च वंड के धर्मां च वंड के साढ़े ते राज कीता लुटिया भी कुटिया भी मारिया भी उही दौर फिर पैदा किया जा रहा है। सो ये तो सचेत रहने की लोड़ है मेरा वीर। हां जिहड़ा भी मुख्यमंत्री बनता है वह सिखा चो बनता वह हिंदुआ चो बनता वह दलतों चो बनता है वह पंजाब नूं तरजीह देवे पंजाबीयत नूं तरजीह देवे समुचे पंजाबियों के भले की गल करे वह क्यों एक खास वर्ग खास फिरके की गल करे मुख्यमंत्री तो पूरे पंजाबियों का ना भला जान बुझ के मैं हादा यारा पंजाबी पंजाब मीडिया वाले जिहड़े पंजाबी मीडिया वाले है यह भी हुण गोदी मीडिया तो घट नहीं रहे क्यों लगे ने कल दे दलित मुख्यमंत्री दलित चेहरा दलित चेहरा दलित चेहरा उहदी इही इही पहचान है भी वह दलित है इस तों इलावा चनी दी होर कोई पहचान नहीं है। मैं नहीं कहना चंगा वह माड़ा किहो जिहा निभूगा यह गल अलग आ पर मैं जिहड़ी गल ते गल कर रहा वह गल कि जिवें सानू जातां पातां दे नां दे उत्ते पहलां वंडिया गया पहलां लड़ाया गया दुबारा उही माहौल पंजाब च पैदा किया जा रहा है। असी चकन्ने रहिए सचेत रहिए इस गल प्रति गौर रखिए इन्हां गल्लां च ना आईए भरावो तां माहौल बड़ा खराब हो जाणा गल याद रखियो। यही गल्लां सेंटर दी खास करके बीजेपी जिहड़ी हकूमत है यह चाहुंदी है। सो अगली गल जिहड़ी मैं एक होर तुहाडे नाल सांझी करनी चाहुंदा उह इह है कि आपां देखदे हां कि गुरद्वारां दे विच गुरु ग्रंथ साहिब दी बेअदबी हुंदी है हुण तख्त साहब के उत्ते आके बेअदबी हो जाती है तीजे चौथे दिन पंजाब पुलिस का एक बयान आ जाता है कि देखो जी ये तो बंदा दिमागी तौर पर परेशान सीगा ये हिलिया होया सी इहदा दिमाग नहीं ठीक है कमला सी तां कर गया जां किते आपां देख रहे हैं जी फाजिलका जी मोटरसाइकिल च ब्लास्ट हो गया जी इत्थे टिफिन बंब मिल गया जी उहदे नारे लिखे मिल गए जी उहदे खालिस्तान नाल जुड़िया होया साहित मिल गया जी ये माहौल क्यों खराब किया जा रहा पंजाब का यह भी सानू बड़े चकन्ने रहने की लोड़ है। यह सारी खेड है जिहड़ी एजेंसियां की कमाई हुई खेड है वह किसी भी तरीके नाल पंजाब का माहौल खराब करना चाहते हैं यह कोई चंगा सुनेहा नहीं है पंजाब की। सानू हर गल ते पहरा देने की लोड़ है पूरा रोशन दिमाग दे नाल सोचा करो जदों कोई घटना वापरती है पंजाब दे विच उहदे ते बैठ के दस मिनट दिमाग लाया करो कि यह घटना जे वापरी है इस घटना नाल किहनूं फायदा हो किहनूं नुकसान हो नुकसान पंजाब नूं होना है समुचे पंजाबियों नूं होना है पंजाबीयत नूं होना होर किसे दा नुकसान नहीं इत्थे होना। हर बंदिया ने अपना दा खेड जाना किसे ने जात दे नां ते किसे ने धर्म दे नां ते किसे ने सानूं लड़ा के सानूं मरवा के आप दे मसले हल करने आ। सो पंजाबीओ इस गल दे उत्ते बहुत पहरा देण दी लोड़ है इह बीजेपी है मनुवादी सरकार जिहड़ी सेंटर च बैठी है ना हकूमत कर रही है हुण यह बड़ी खतरनाक इरादे ने इहदे बड़िया खतरनाक चालां ने बड़िया खतरनाक साजिशां ने जिहड़ियां सानूं समझण दी लोड़ है जे अज असीं ना समझे तां बहुत वड्डा नुकसान आउण वाले समें दे विच पंजाब नूं झलणा पऊ इस गल दा ख्याल रखियो। वाहिगुरू जी का खालसा वाहिगुरू जी की फतह।